ਨਾ ਬਦੇ ਲੌਰਾ ਗੇਟ ਅਤੇ ਮੜਖਾਨਾ ਰੋਡ ਵਾਲੀ ਸੜਕ ਨਾ ਬਣਨ ਦੇ ਕਾਰਨ ਕਾਫੀ ਲੰਬੇ ਸਮੇਂ ਤੋਂ ਸ਼ਹਿਰ ਵਾਸੀਆਂ ਦੇ ਵੱਲੋਂ ਅਤੇ ਰਾਜਨੀਤਿਕ ਪਾਰਟੀ ਦੇ ਵੱਲੋਂ ਵਿਰੋਧ ਜਾਰੀ ਸੀ ਜੋ ਕਿ ਇਹ ਸੜਕ ਇਤਿਹਾਸਕ ਗੁਰਦੁਆਰਾ ਘੋੜਿਆਂਵਾਲਾ ਸਾਹਿਬ ਦੇ ਬਾਹਰ ਹੈ ਅਤੇ ਸੰਗਤਾਂ ਰੋਜ਼ਾਨਾ ਨਤਮਸਤਕ ਹੋਣ ਲਈ ਆਉਂਦੇ ਨੇ ਇਸ ਦੇ ਚੱਲਦਿਆਂ ਅੱਜ ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਨੇ ਅਲੌਰਾ ਗੇਟ ਤੋਂ ਪੈਦਲ ਚੱਲਦੇ ਹੋਏ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਨਗਰ ਕੌਂਸਲ ਪਹੁੰਚੇ ਅਤੇ ਇਸ ਸੰਬੰਧੀ ਨਗਰ ਕੌਂਸਲ ਦੇ ਪ੍ਰਧਾਨ ਰਜਨੀਸ਼ ਸੈਂਟੀ ਦੇ ਨਾਲ ਗੱਲਬਾਤ ਕੀਤੀ ਇਸ ਦੇ ਸਿੱਟੇ ਵਜੋਂ ਨਗਰ ਕੌਂਸਲ ਦੇ ਪ੍ਰਧਾਨ ਨੇ ਵਿਸ਼ਵਾਸ ਦਿਵਾਇਆ ਕਿ ਇਸ ਸੜਕ ਦਾ 30 ਜੂਨ ਤੋਂ ਬਾਅਦ ਕੰਮ ਸ਼ੁਰੂ ਹੋ ਜਾਵੇਗਾ ਇਸ ਮੌਕੇ ਅਕਾਲੀ ਦਲ ਸੁਤੰਤਰ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਨਗਰ ਕੌਂਸਲ ਪ੍ਰਧਾਨ ਨੇ ਆਪਣੇ ਵਾਅਦੇ ਅਨੁਸਾਰ ਇਸ ਸੜਕ ਦਾ ਕੰਮ ਸ਼ੁਰੂ ਨਾ ਕੀਤਾ ਤਾਂ ਫਿਰ ਤੋਂ ਰੋਸ ਪ੍ਰਦਰਸ਼ਨ ਕਰਨ ਦੇ ਲਈ ਸੜਕਾਂ ਦੇ ਉੱਤਰਨੇ ਉਹਦੇ 'ਚ ਮੀਟਿੰਗ 'ਚ ਕੁਛ ਨਹੀਂ ਹੈਗਾ ਦੇਖੋ ਧਰਨਾ ਲਗਾਉਣਾ ਕੁਛ ਕਰਨਾ ਅਸੀਂ ਨਗਰ ਕੌਂਸਲ ਨਾਭਾ ਸਰਦਾਰ ਸਾਹਿਬ ਸਿੰਘ ਧਰਮਸੋਜ ਦੀ ਰਹਿਨਮਾਈ ਹੇਠ ਜੋ ਨਾਭੇ ਦੇ ਹੈ 80% ਕੰਮ ਹੋ ਚੁੱਕੇ ਨੇ ਉਹ 80% ਲੋਕਾਂ ਨੂੰ ਮੈਨੂੰ ਨਹੀਂ ਲੱਗਦਾ ਕਿ ਉਹ ਕੋਈ ਦਿਖਾਉਂਦਾ ਹੈ ਜਾਂ ਕੁਛ ਕਰਦਾ ਠੀਕ ਹੈ ਰਹਿ ਗਿਆ 20% ਅਸੀਂ ਹਰ ਸਟੇਜ ਤੋਂ ਇੱਕ ਚੀਜ਼ ਸਾਂਝੀ ਕਰਦੇ ਹਾਂ ਕਿ ਅਲੋਰਾਂ ਗੇਟ ਵਾਲਾ ਕੰਮ ਅਧੂਰਾ ਰਹਿੰਦਾ ਗੁਰੂ ਘਰ ਵਾਲਾ ਉਹ ਕੰਮ ਨੂੰ ਇਸ ਤਰ੍ਹਾਂ ਨਹੀਂ ਹੈਗਾ ਅਸੀਂ ਤਾਂ ਕਰਕੇ ਥੋੜ੍ਹਾ ਜਿਹਾ ਡਿਲੇ ਹੋਇਆ ਕਿ ਟੈਕਨੀਕਲ ਜੋ ਟੈਂਡਰਸ ਨੇਗੇ ਉਹਦੇ 'ਚ ਬਿਡਰਸ 2 ਬਿਡਰਸ ਆਏ ਸੀਗੇ ਉਹਦੇ ਕਰਕੇ ਇਹਨੂੰ 10-15 ਦਿਨ ਹੋਰ ਅੱਗੇ ਕੀਤਾ ਗਿਆ ਸਟੇਜ 'ਚ ਬੇਸੀ ਗੱਲ ਕਹਿ ਰਹੇ ਕਿ ਉਹ ਕੰਮ ਸਾਡਾ ਅਧੂਰਾ ਉਹ ਕਰਨਾ ਉਹ ਮੈਨੂੰ ਲੱਗਦਾ 30 ਤਰੀਕ ਨੂੰ ਸਾਡੇ ਟੈਂਡਰ ਖੁੱਲ੍ਹ ਜਾਣੇ ਨੇ ਅਤੇ ਨੈਕਸਟ ਜੋ ਵੀਕ ਹੈ ਜੁਲਾਈ ਦੇ ਮਿਡ ਤੱਕ ਅਸੀਂ ਇਹਨੂੰ ਕੰਮ ਸਟਾਰਟ ਕਰਦੇ ਹਾਂ ਸੈਂਟਰੀ ਪ੍ਰਧਾਨ ਨੇ ਇੱਥੋਂ ਦੇ ਸਤਿਕਾਰ ਜੋ ਮੈਨੇਜਰ ਸਾਹਿਬ ਵੀ ਮੇਰੇ ਨਾਲ ਗਏ ਕਿ ਸੈਂਟਰੀ ਪ੍ਰਧਾਨ ਨੇ ਇਹ ਕਿਹਾ ਕਿ ਜੇ 30 ਤਰੀਕ ਨੂੰ ਟੈਂਡਰ ਖੁੱਲ੍ਹਣਾ ਲਿਖਿਆ ਵਾ ਜੀ ਉਹਦੇ ਬੋਰਡ 'ਤੇ ਉਹਨੇ ਕਹਿੰਦਾ ਪੜ੍ਹ ਲਓ ਮੈਨੂੰ ਪਾਇਆ ਵੀ ਅਤੇ 30 ਤੋਂ 15 ਦਿਨ ਦੇ ਦਿਓ ਹੋਰ ਮੈਨੂੰ ਮੰਗਵੇ ਜੇ ਇਹ ਦਿਨਾਂ 'ਚ ਅਸੀਂ ਕੰਮ ਨਾ ਸ਼ੁਰੂ ਕਰਿਆ ਨਾ ਕੰਮ ਕਰਾ ਸਕੇ ਮੈਂ ਸਾਡੀ ਉਹ ਸਰਕਾਰ ਦੇ ਖਿਲਾਫ ਸਹੋਲੀ ਸਾਹਿਬ ਤੁਹਾਡੇ ਨਾਲ ਧਰਨੇ 'ਤੇ ਬੈਠੂ ਅਸੀਂ ਫਿਰ ਯਕੀਨ ਕਰ ਲਿਆ ਉਹ ਤੋਂ ਬਾਅਦ ਨਾ ਉਹ ਸੜਕ ਚੱਲੀ ਹੈ ਨਾ ਸਾਡੀ ਦਰੀ ਚੱਲੀ ਹੈ ਨਾ ਨਾਰੇ ਚੱਲੇ ਨੇ ਜੇ ਇਹਨਾਂ ਨੇ ਇਹੀ ਆਪਣੀਆਂ ਕਰਤੂਤਾਂ ਨੰਗੀਆਂ ਕਰਾਉਣੀਆਂ ਹੋਈਆਂ ਫਿਰ ਬਿਲਕੁਲ ਅਸੀਂ ਸੜਕ 'ਤੇ ਆਵਾਂਗੇ ਜੇ ਇਹਨਾਂ 'ਤੇ ਗੁਰੂ ਨੇ ਕਿਰਪਾ ਕਰਤੀ ਸੜਕ ਬਣ ਗਈ ਸਾਫ਼ ਸੁਥਰਾ ਹੋ ਗਿਆ ਫਿਰ ਖੁਸ਼ੀਆਂ ਮਨਾਵਾਂਗੇ ਜੀ ਨਹੀਂ ਆਪਣੇ ਗੁਰੂ ਦੇ ਲਈ ਅਸੀਂ ਜਿੱਥੇ ਵੀ ਕਿਤੇ ਗੁਰੂ ਨੂੰ ਲੋੜ ਪੈਂਦੀ ਹੈ ਸਾਡੇ ਸਰੀਰ ਖਾਸ ਕਰ ਮੇਰਾ ਸਰੀਰ ਹਾਜ਼ਰ ਹੁੰਦਾ ਹੈ ਇਸੇ ਤਰ੍ਹਾਂ ਮੈਂ ਆਪਣੇ ਸ਼ਹਿਰ ਦੇ ਵਿੱਚ ਵੀ ਬਿਲਕੁਲ ਨਹੀਂ ਇਹ ਕਰੂੰਗਾ ਇੱਥੇ ਵੀ ਜਿੰਨੀ ਦੇਰ ਸਫਾਈ ਨਹੀਂ ਹੁੰਦੀ ਵਧੀਆ ਸੜਕਾਂ ਨਹੀਂ ਬਣਦੀਆਂ ਉਨੇ ਦਿਨ ਅਸੀਂ ਘਰੇ ਨਹੀਂ ਬੈਠਾਂਗੇ ਹਰ ਲੜਾਈ ਲੜਦੇ ਰਹਾਂ ਪ੍ਰਦਰਸ਼ਨ ਕੀਤਾ ਗਿਆ ਕਿ ਸੜਕਾਂ ਨਹੀਂ ਬਣੀਆਂ ਉੱਧਰ ਸ਼ਮਸ਼ਾਨ ਘਾਟ ਵਾਲੀ ਨਹੀਂ ਫਿਰ ਮੀਟਿੰਗ ਵੀ ਹੋਈ ਹੈ ਕੀ ਹੋਈ ਮੀਟਿੰਗ 'ਚ ਗੱਲਬਾਤ ਉਹਦੇ 'ਚ ਮੀਟਿੰਗ 'ਚ ਕੁਛ ਨਹੀਂ ਹੈਗਾ ਦੇਖੋ ਧਰਨਾ ਲਗਾਉਣਾ ਕੁਛ ਕਰਨਾ ਅਸੀਂ ਨਗਰ ਕੌਂਸਲ ਨਾਭਾ ਸਰਦਾਰ ਸਾਹਿਬ ਸਿੰਘ ਧਰਮਸੋਜ ਦੀ ਰਹਿਨਮਾਈ ਹੇਠ ਜੋ ਨਾਭੇ ਦੇ ਹੈ 80% ਕੰਮ ਹੋ ਚੁੱਕੇ ਨੇ ਉਹ 80% ਲੋਕਾਂ ਨੂੰ ਮੈਨੂੰ ਨਹੀਂ ਲੱਗਦਾ ਕਿ ਉਹ ਕੋਈ ਦਿਖਾਉਂਦਾ ਹੈ ਜਾਂ ਕੁਛ ਕਰਦਾ ਠੀਕ ਹੈ ਰਹਿ ਗਿਆ 20% ਅਸੀਂ ਹਰ ਸਟੇਜ ਤੋਂ ਇੱਕ ਚੀਜ਼ ਸਾਂਝੀ ਕਰਦੇ ਹਾਂ ਕਿ ਅਲੋਰਾਂ ਗੇਟ ਵਾਲਾ ਕੰਮ ਅਧੂਰਾ ਰਹਿੰਦਾ ਗੁਰੂ ਘਰ ਵਾਲਾ ਉਹ ਕੰਮ ਨੂੰ ਇਸ ਤਰ੍ਹਾਂ ਨਹੀਂ ਹੈਗਾ ਅਸੀਂ ਤਾਂ ਕਰਕੇ ਥੋੜ੍ਹਾ ਜਿਹਾ ਡਿਲੇ ਹੋਇਆ ਕਿ ਟੈਕਨੀਕਲ ਜੋ ਟੈਂਡਰਸ ਨੇਗੇ ਉਹਦੇ 'ਚ ਬਿਡਰਸ 2 ਬਿਡਰਸ ਆਏ ਸੀਗੇ ਉਹਦੇ ਕਰਕੇ ਇਹਨੂੰ 10-15 ਦਿਨ ਹੋਰ ਅੱਗੇ ਕੀਤਾ ਗਿਆ ਸਟੇਜ 'ਤੇ ਬੇਸੀ ਗੱਲ ਕਹਿ ਰਹੇ ਕਿ ਉਹ ਕੰਮ ਸਾਡਾ ਅਧੂਰਾ ਉਹ ਕਰਨਾ ਉਹ ਮੈਨੂੰ ਲੱਗਦਾ 30 ਤਰੀਕ ਨੂੰ ਸਾਡੇ ਟੈਂਡਰ ਖੁੱਲ੍ਹ ਜਾਣੇ ਨੇ ਅਤੇ ਨੈਕਸਟ ਜੋ ਵੀਕ ਹੈ ਜੁਲਾਈ ਦੇ ਮਿਡ ਤੱਕ ਅਸੀਂ ਇਹਨੂੰ ਕੰਮ ਸਟਾਰਟ ਕਰਦੇ ਹਾਂ ਵੈਸੇ ਪ੍ਰਧਾਨ ਜੀ ਕਹਿੰਦੇ ਸੀ ਕਿ 10 ਸਾਲ ਹੋ ਗਏ ਉਹ ਸੜਕ ਬਣੇ ਨੂੰ ਵੀ ਪਹਿਲਾਂ ਬਹੁਤ ਹਾਲਾਤ ਮਾੜੇ ਸੀ ਜਿਵੇਂ ਸਰਕਾਰ 4.5 ਸਾਲ ਹੋ ਗਏ ਵੀ ਇੰਨੀ ਦੇਰੀ ਕਿਉਂ ਹੋਈ ਉਹ ਕੰਮ 'ਚ ਹੁਣ ਤਾਂ ਚਲੋ ਟੈਂਡਰ ਦੀ ਨਹੀਂ ਉਹਦੇ 'ਚ ਦੇਰੀ ਵਾਲੀ ਗੱਲ ਮੈਂ ਇਹ 'ਚ ਬਹੁਤ ਬੜੀਆਂ ਚੀਜ਼ਾਂ ਨੇ ਦੇਖੋ ਸੜਕਾਂ ਨੇ ਟੈਕਨੀਕਲ ਪੁਆਇੰਟਸ ਨੇ ਵਿੱਚ PWD ਵੀ ਆਉਂਦਾ ਵਿੱਚ ਨਗਰ ਕੌਂਸਲ ਨਾਭਾ ਦੀ ਲੈਂਡ ਆਉਂਦੀ ਹੈ ਨਾਲੇ ਅਪਰੂਵਲਸ ਲੈਣੀਆਂ ਨੇਗੀਆਂ ਪਾਣੀ ਦੀ ਨਿਕਾਸੀ ਦਾ ਨਾਲ ਅਸੀਂ ਰੱਖ ਕੇ ਚੱਲੇ ਹਾਂ ਅਸੀਂ ਗੁਰੂ ਘਰ ਨੂੰ ਦੇਖਦੇ ਹੋਏ ਉੱਥੇ ਆਪਣੇ ਜੇਬ ਦੇ ਵਿੱਚੋਂ ਵੀ ਕੰਮ ਕਰਵਾਏ ਨੇ ਉਹਦੇ ਵਿੱਚ ਨਗਰ ਕੌਂਸਲ ਨਾਭਾ ਵੱਲੋਂ ਅਸੀਂ ਸਾਰੀ ਸੜਕ ਨੂੰ ਆ ਜਿਹੜਾ ਹੈਗਾ ਕਿ ਲੋਕਾਂ ਨੂੰ ਜਾਂਚ ਪਰੇਸ਼ਾਨੀ ਨਾ ਹੋਵੇ ਤਾਂ ਉੱਥੇ ਇੱਕ ਲੇਅਰ ਜਿਹੜੀ ਕਿ ਟੈਂਪਰੇਰੀ ਸੜਕ ਅਸੀਂ ਉਹ ਵੀ ਬਣਾਈ ਹੋਈ ਸੀਗੀ ਜਿਹਦੇ 'ਚੋਂ ਆ ਪਿੱਛੇ ਜੇ ਕੋਈ ਕਹਿ ਰਿਹਾ ਕਿ ਪੱਥਰ ਲੱਗਿਆ ਇਹਦਾ ਰਾਹ ਚੱਲਦਾ ਕੋਈ ਚੀਜ਼ ਕਦੇ ਵੀ ਐਸੇ ਐਕਸੀਡੈਂਟ ਹੋ ਸਕਦੇ ਨੇ ਉਹਨੂੰ ਇੱਕ ਵੈਸੀ ਰਾਜਨੀਤਿਕ ਤੂਲ ਦੇ ਕੇ ਆਪਾਂ ਹਰ ਇੱਕ ਬੰਦਾ ਬੈਠ ਗਿਆ ਵੀ ਸ਼ੀਸ਼ਾ ਟੁੱਟ ਗਿਆ ਅੱਜ ਕੱਲ੍ਹ ਆਪਾਂ ਕਿਤੇ ਵੀ ਜਾਂਦੇ ਹਾਂ ਕੋਈ ਇਨਸਾਨ ਹੈ ਕੋਈ ਆਪਾਂ ਐਕਸੀਡੈਂਟ ਕਿਤੇ ਵੀ ਹੋ ਸਕਦਾ ਸੋ ਇਹਨੂੰ ਇੱਕ 10 ਸਾਲ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਅਸੀਂ 4.5 ਸਾਲ ਤੋਂ ਨਗਰ ਕੌਂਸਲ ਜਾਂ ਸਾਡੇ ਪੰਜਾਬ ਸਰਕਾਰ ਬਣੀ ਹੈ ਉਹਦੇ ਵਿੱਚ ਅਸੀਂ ਪ੍ਰਾਇਓਰਟੀ ਦੇ ਉੱਪਰ ਇਹ ਕੰਮ ਨੂੰ ਲਿਆ ਪਹਿਲਾਂ ਇਹ ਕੰਮ ਜਿਹੜਾ ਅਸੀਂ ਸੀਵਰੇਜ ਬੋਰਡ ਵਾਲੇ ਕਰ ਰਹੇ ਸੀਗੇ ਉਹਨਾਂ ਨੇ ਕੰਮ ਇਹ ਬਹੁਤ ਲੰਬਾ ਕੰਮ ਲੈ ਲਿਆ ਸੀਗਾ ਹੁਣ ਅਸੀਂ ਨਗਰ ਕੌਂਸਲ ਦੇ ਥਰੂ ਕਰਾ ਰਹੇ ਹਾਂ ਉਹ ਮੰਤਰੀ ਸਾਹਿਬ ਦੀ ਰਹਿਨਮਾਈ ਹੇਠ ਹੋ ਰਹੀ ਕਿੰਨੇ ਕੁ ਸਮੇਂ 'ਚ ਹੋਈ
कुछ नहीं, दो तीन महीने के सारी सड़क तुम ये देखोगे बड़िया लिश लिश करी सड़क बननी, जिस तरह गौशाला रोड है, जिस तरह थोड़ी ये साड़ी बौड़ा गेट वाली सड़क है, ये सारी सड़क इस तरह वधिया बन जानी है। तो गुरु घर के कोई बाहरों इतिहासिक साडा गुरुद्वारा है, कोई लंग बंदा बाहरों आवे उन्होंने भी लगे कि मैं नाभे शहर च महाराजा हीरा सिंह की नगरी च गया सड़क साड़ी नगर कौंसल की नहीं हैगी, पीडबल्यू डी की है। वो पीडबल्यू डी के ठेकेदार टेंडर कराया गया, वो भज भुज गया होना, कोई उन्होंने जो एक्सीन साहब न पूछा सी ते उस करके वह डिले हुई, वो भी बन जानी है। मतलब उस भी कोई ऐसा कितने जी नहीं नहीं की बुरा हाल है, कोई गल नहीं। मैं अपने साढ़े तुम ध्यान चले आ रहे हो, कोई गल नहीं, देख के उत्थे जोड़ा है असी अपने सफाई सेव भेज के मोटर है पार्क बाग उत्थे डेढ़ साल हो गए बोर हो चुके हैं, महला वासियों का कहना भी उत्थे मोटर ही लग सकता गंदा पानी आता जी जो टुडू मोटर में चलो वो कुछ नहीं है जी। उत्थे बोर जो बड़ा पुराना हो चुका है, नवे बोर्ड के असी 25 लाख रुपए के करीब असी सीवरेज बोर्ड में दे चुके हैं, तो वो सीवरेज बोर्ड ने बोर भी कर दिता नवा, उन्होंने रनिंग दे विच लेके आना है। वो सीवरेज बोर्ड का कम है, मैं उन्होंने अपने जेई नाल गल करना, बड़ी जल्दी वो भी ठीक हो जाऊ। सस्ते जी शमशान घाट वाली सड़क है जी, ये अपने राज मतलब 6 महीने बन जाएगी? बिल्कुल बन जानी है जी, सारिया बन जानी है। कोई सड़क का आने मंत्री साहब कहते जे कोई नहीं कितने बस आऊगा मैं अपने अख्तियारी कोटे जो बनाऊंगा तो वोट मंगन जावे जो सारे काम होए भी हो। वाहेगुरू जी का खालसा वाहेगुरू जी की फतेह। बाबा अजापाल सिंह जी के गुरद्वारा घोड़िया वाला साहब जिहड़ा इहदा चार सपेरे इर्द गिर्द तुसीं देखोगे जिथे की संगत मत्था टेक के आउंदी टेकण आउंदी है गुरु घर नूं, इन्ना क सड़कां दा बुरा हाल है, गंदा नाला देख के रोन आउंदा है कि संगत चा नाल आउंदी है, दूरों दूरों रिश्तेदार सके संबंधी आउंदे ने। एक इतिहासक यही स्थान है नाभे का जिथे लोग सुखा सुख के हैरान होंगे तुसीं सुन के कि वह स्थान है जिथे मिट्टी के घोड़े तो ला के जानवर घोड़े तक सोने के घोड़े तक चढ़ता। बड़े दुख नाल कहना पैंदा है कि सुखा सुखन वाले थों और किते भी खुशी गमी किसी दे भी हो जाए इत्थे पाठ आरंभ हुंदा भोग पाए जाते हैं। मौजूदा मुख्यमंत्री कैप्टन अमरिंदर सिंह भी इत्थे आए ने, साबका मुख्यमंत्री सरदार बादल भी इत्थे आए ने। मेरे कहने तो भाव इदों वड्डी जगह ही नहीं किते हैगी नाभे च, पर दुख आउंदा कि सड़कां दा बहुत बुरा हाल अज तो नहीं तकरीबन 10 साल तो लैके बादलों के राज भी यही हाल देख रहे हैं। मौजूदा कैप्टन की सरकार बहुत ही लांघी थोड़ी रहेगी ये भी यही हासर आ। साडा कैबिनेट मंत्री साधु धर्मसोत वो खुशी गमी च हरेक दे जांदा इत्थे भी आउंदा, उहनूं भी बेनतियां कर लिया इक्को जवाब मिलदा बस जी टेंडर हो गया टेंडर खुलूगा। वो ना साढ़े 4 साल पौने 5 हो गए ना टेंडर खुलिया ना टेंडर होया, पता नहीं कित्थे अंदर टेंडर हुंदा कित्थे खुलदा। यही हाल शमशान घाट लाहौरां गेट उत्थे जदों कोई पानी रब नूं प्यारा हुंदा लैके जांदे ने उत्थे भी हाल यही गोडे गोडे टोए। मीडिया वालों मैं खास तौर पर बेनती करूँ कि उन्होंने भी कवर करके लैके आयो। अज असी यही मंग दे लई पहला ऐलान करिया कि दोबारा प्रधान बन गया इत्थे सेंटी, उन्हों बधाइयां भी दित्तियां असी कहा कि तुसीं जी धर्मी राजे दा शहर है इहदे लई तरस करो साफ सुथरा करो इहनू सफाई होवे, पर बड़े दुख ना कहना पता जब साड़ी ना सुनी गई तो अज असी सेंटी प्रधान के घर के मूहरे का प्रोग्राम दिता प्रशासन ने इत्थों दे ने जदों सेंटी ने उन्होंने कहा उन्होंने साडे नाल प्रोग्राम करके उन्होंने सानू पहला इत्थी घेरी रखिया, उस तो बाद कमेटी दफ्तर लै गए उत्थे जो प्रधान ने सानू कहा वह मैं जनतक लोगों करना चाहना। वो कह जी असी माफ़ी मंगते हैं भी असी कोई कर नहीं सके, पर हुण 30 तरीक नूं टेंडर खुलू वो तो बाद 15 दिन सानू मंगवे दे दो, जे कम ना होया मैं खुद आए जे कमेटी प्रधान आपदी सरकार के खिलाफ है थोड़े नाल धरने ते बैठूगा। दोबारा दस्सो सौली साहब की अब अज कम टीवी नाभा तो पत्रकार तरुण मेहता की रिपोर्ट।